ਅਸਲਾਮ ਵਾਲੇਕੁਮ ਜੀ, ਮੈਂ ਇਹਨਾਂ ਕੋਲ ਮੁਰੰਮਤਾਂ ਵਾਸਤੇ ਮੁਖਤਲਿਫ ਕੰਪਨੀਆਂ ਦੀਆਂ ਤਰਾਜਰਾਂ ਆਉਂਦੀਆਂ ਨੇ, ਇਹ ਜਾਲ ਸ਼ਾਲ ਪਵਾਉਣ ਵਾਸਤੇ ਆਉਂਦੇ ਨੇ। ਉਹ ਵੇਖਿਆ ਜੇ ਉਹ ਆਪਣੀ ਕਿਹਨਾਂ ਦੇ ਰੰਗ ਵਾਸਤੇ ਤਿਆਰ ਹੋਏ ਖਲੋਤੀ, ਇਹ ਆਉਂਦੀਆਂ ਨੇ, ਕੋਈ ਇਹਨਾਂ ਦੀਆਂ ਬਣੀਆਂ ਨੇ, ਕੋਈ ਦੂਸਰੀਆਂ ਕੰਪਨੀਆਂ ਦੀਆਂ ਬਣੀਆਂ ਨੇ, ਅਤੇ ਮੁਰੰਮਤ ਵੀ ਕਰਦੇ ਨੇ ਥਰੈਸ਼ਰਾਂ ਦੀ, ਅਤੇ ਬਹੁਤ ਅੱਛਾ ਕੰਮ ਕਰਦੇ ਨੇ, ਬਹੁਤ ਜ਼ਬਰਦਸਤ। ਉਹ ਪਰਲੇ ਪਾਸੇ ਵੀ ਇਸੇ ਤਰ੍ਹਾਂ ਥਰੈਸ਼ਰਾਂ ਖਲੋਤੀਆਂ ਨੇ, 15 ਕੁ ਦਾਣੇ ਜਿਹੜੇ ਨਾ 15 ਕੁ ਪੀਸ ਖਲੋਤੇ ਨੇ, ਜਿਹੜੇ ਇਹ ਮਤਲਬ ਮੁਰੰਮਤ ਕਰਦੇ ਨੇ, ਬੰਦੇ ਭੇਜਦੇ ਨੇ ਜਾ ਪਾਉਣ ਵਾਸਤੇ। ਅਕਸਰ ਸੱਤ ਅਗਰ ਕੋਈ ਸੀਜ਼ਨ ਸਹੀ ਲਾਉਂਦਾ ਪੂਰਾ, ਤਾਂ 5-6 ਸਾਲ ਬਾਅਦ ਜਾਲ ਚੇਂਜ ਕਰਾਉਣਾ ਪੈਂਦਾ। ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਭੋ ਬਰੀਕ ਕਰਨ ਲਾਉ ਪੈਂਦੀ ਹੈ। ਇਹ ਵੇਖਿਆ ਜੇ ਆਈਆਂ ਨੇ ਮਸ਼ੀਨਾਂ ਜਾਲ ਵਾਸਤੇ, ਇਹ ਸਾਰੀਆਂ ਇਹਨਾਂ ਦੀਆਂ ਮੁਰੰਮਤ ਵਾਸਤੇ ਖਲੋਤੀਆਂ। ਇਹ ਜਾਲ ਖੋਲਿਆ ਨੇ, ਇਹ ਜਾਲ ਨਵਾਂ ਪਾਉਣਾ, ਸਾਰੀਆਂ ਕੋਈ ਨਾ ਕੋਈ ਪ੍ਰੋਬਲਮ ਇਹਨਾਂ ਨੂੰ ਹੈ, ਅਤੇ ਵੇਖਿਆ ਜੀ ਮੁਰੰਮਤ ਵਾਸਤੇ ਆਈਆਂ। ਹੁਣ ਬੁਕਿੰਗ ਇਹਨਾਂ ਨੇ ਬੰਦ ਕਰ ਦਿੱਤੀ ਹੈ। ਬਹਰਹਾਲ ਮੈਂ ਉਹਨਾਂ ਨੂੰ ਆਖਿਆ ਕਿ ਅਗਰ ਸਾਨੂੰ ਕੋਈ ਬੰਦਾ ਮਜਬੂਰ ਕਰੇ ਤਾਂ ਤੁਹਾਨੂੰ ਕਾਲ ਕਰਾਂਗੇ, ਫਿਰ ਮਿਹਰਬਾਨੀ ਕਰਨੀ ਜੇ ਜ਼ਰਾ, ਉਹ ਫਿਰ ਹੋ ਹੀ ਜਾਂਦਾ ਵਾਧਾ ਘਾਟਾ। ਠੀਕ ਹੈ ਜੀ, ਮਿਹਰਬਾਨੀ, ਖੁਦਾ ਹਾਫਿਜ਼।